ਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਲ੍ਹ ਲੈਂਦਾ ਹੈ ਅਗਰੀਬਾਂ ਦੀ ਬਹੁਤ ਹੈਲਪ ਕਰਦੇ ਆ ਤੇ ਗਾਉਂਦੇ ਬਾਸ ਸੋਣਾ ਹੈ ਤੇ ਇੰਨਾ ਵਧੀਆ ਗਾਉਂਦੇ ਨਾ ਉਹਨਾਂ ਵਰਗਾ ਕਿਸੇ ਨੇ ਗਾਉਣਾ ਨਾ ਗਾਇਆ ਹੈ ਉਹ ਸਮਾਜ ਨੂੰ ਜੋ ਸੇਧ ਦੇਣੀ ਆ ਹਰ ਇੱਕ ਦੀ ਗੀਤ ਦੇ ਵਿੱਚ ਸੇਧੇ ਹੁੰਦੀ ਹੈ ਜੋ ਕਰਨਾ ਉਹ ਕੋਈ ਜਵਾਬ ਕਿਸੇ ਦਾ ਸਿੱਧਾ ਉਹ ਦੰਦੇ ਨਹੀਂ ਕਿ ਉਹਨਾਂ ਨੂੰ ਕੋਈ ਵੀ ਕੁਝ ਵੀ ਬੋਲੀ ਜਾਵੇ ਉਹਦਾ ਜਵਾਬ ਹੀ ਨਹੀਂ ਦਿੰਦੇ ਉਹ ਉਹ ਚੁੱਪ ਕਰ ਜਾਂਦੇ ਨੇ ਦੇਖੋ ਵਧੀਆ ਇਹ ਹਨ ਸਿੱਧੂ ਮੂਸੇਵਾਲਾ ਦਾ ਉਹ ਜਨ ਤਾਂ ਬੱਬੂ ਆ ਨਾ ਪਿੰਡ ਦਾ ਬੰਦਾ ਹੈ ਹੈ ਅਸੀਂ ਉਹਦੇ ਫੈਨ ਨਾ ਬਣ ਗਿਆ ਤੇ ਬਰਾਬਰ ਦੇ ਗਲਾਸ ਵੈਲੂ ਰਹੇ ਲੋਕਾਂ ਨੇ ਨਿਪੜਕਾ ਆਇਆ ਇਹ ਜਿਹੜਾ ਨਾ ਸਿੱਧੂ ਮੂਸੇਵਾਲਾ ਥੋੜਾ ਬੋਲੇ ਆ ਨਾ ਉਹਦਾ ਕਰਕੇ ਫਿਰ ਉਹਦੇ ਫੈਨ ਲੱਗੇ ਬੋਲਣ ਉਹਨੂੰ ਵੀ ਨਹੀਂ ਬੋਲਣਾ ਚਾਹੀਦਾ ਤਾਂ ਨਜਾਇਜ਼ ਬੋਲੇ ਆ ਉਹ ਵੀ ਤੁਹਾਨੂੰ ਪੱਬੂ ਮਾਨ ਜੀ ਦੇ ਗਾਣੇ ਕਿੰਨੇ ਕੁ ਵਧੀਆ ਲੱਗਦੇ ਨੇ ਬਹੁਤ ਅੱਛਾ ਇੱਕ ਜਿਹੜਾ ਉਹ ਸ਼ੌਕ ਕਬੂਤਰਬਾਜ਼ੀ ਦਾ ਉਹ ਵਾਕ ਆ ਲਾ ਦਮ ਯਾਰਾਂ ਦਾ ਨਹੀਂ ਸ਼ੌਂਕ ਲਾਈਫ ਤੇ ਨਿੱਤਰ ਭਲਾਈਆਂ ਦਾ ਦੁਨੀਆਂ ਕਰੂ ਨਵੇੜਾ ਮਿੱਤਰਾ ਕੰਮ ਕਮਾਈਆਂ ਦਾ ਬੇਈਮਾਨ ਸੀ ਕੱਲ ਵੀ ਜੀਰੋ ਤੇ ਅੱਜ ਵੀ ਜੀਰੋ ਐ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਜੋ ਕਿ ਆਪਣੇ ਨਾਮ ਦੇ ਨਾਲ-ਨਾਲ ਆਪਣੇ ਪਿੰਡ ਦੇ ਨਾਮ ਨੂੰ ਵੀ ਲੈ ਕੇ ਚੱਲਦੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਖੰਟ ਵਾਲੇ ਬੱਬੂ ਮਾਨ ਜੀ ਦੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਖੰਟ ਦੇ ਵਿੱਚ ਤੇ ਅਸੀਂ ਉਹਨਾਂ ਦੇ ਘਰ ਦੇ ਬਾਹਰ ਖੜੇ ਹਾਂ ਕਹਿ ਸਕਦੇ ਹਾਂ ਕਿ ਘਰ ਦੇ ਵਿੱਚ ਹੱਲੇ ਕੋਈ ਮੌਜੂਦ ਨਹੀਂ ਹੈ ਪਰ ਇਸੇ ਘਰ ਦੇ ਵਿੱਚ ਉਹਨਾਂ ਦੇ ਬਚਪਨ ਦੇ ਪਲ ਬੀਤੇ ਭਾਵੇਂ ਇੱਥੋਂ ਉੱਟ ਕੇ ਉਹ ਬਹੁਤ ਹੀ ਅੱਗੇ ਵੱਧ ਚੁੱਕੇ ਨੇ ਪਰ ਉਹਨਾਂ ਦਾ ਰੂਹ ਹੱਲੇ ਵੀ ਉਹਨਾਂ ਦੇ ਪਿੰਡ ਖੰਟ ਦੇ ਵਿੱਚ ਵਸਦੀ ਹੈ ਅੱਜ ਅਸੀਂ ਲੋਕਾਂ ਨਾਲ ਮਿਲਾਂਗੇ ਲੋਕਾਂ ਕੋਲ ਜਾਣਾਗੇ ਕਿ ਜੋ ਸਿੱਧੂ ਮੁਸੇਵਾਲੇ ਚ ਤੇ ਬੱਬੂ ਮਾਨ ਚ ਕੌਂਟਰੋਵਰਸੀ ਚੱਲ ਰਹੀ ਸੀ ਉਸ ਬਾਰੇ ਬੱਬੂ ਮਾਨ ਜੀ ਦਾ ਕੋਈ ਬਿਆਨ ਨਹੀਂ ਆਇਆ ਤੇ ਲੋਕਾਂ ਦਾ ਉਹਨਾਂ ਬਾਰੇ ਕੀ ਕਹਿਣਾ ਹੈ ਕੀ ਖਿਆਲ ਹੈ ਲੋਕਾਂ ਦੇ ਤੇ ਇੱਕ ਬੱਬੂ ਮਾਨ ਜੀ ਲੋਕਾਂ ਦੇ ਦਿਲਾਂ ਵਿੱਚ ਕਿੰਨਾ ਕੁ ਵਸੇ ਹੋਏ ਨੇ ਤੇ ਚਲੋ ਚੱਲਦੇ ਹਾਂ ਤੇ ਲੋਕਾਂ ਨੂੰ ਇਸ ਬਾਰੇ ਪੁੱਛਦੇ ਹਾਂ ਪਿੰਡ ਦੇ ਵਿੱਚ ਘੁੰਮਦੇ ਘੁੰਮਦੇ ਮਿਲ ਚੁਕੇ ਆ ਇੱਕ ਛੋਟੇ ਜਿਹੇ ਜਵਾਕ ਨੂੰ ਤੇ ਹਾਂਜੀ ਕੀ ਨਾਮ ਹੈ ਤੁਹਾਡਾ ਪ੍ਰਭਜੋ ਸਿੰਘ ਤੇ ਪ੍ਰਭਜੋ ਸਿੰਘ ਤੁਹਾਨੂੰ ਬਬੂ ਮਾਨ ਜੀ ਦੇ ਗਾਣੇ ਕਿੰਨੇ ਕੁ ਵਧੀਆ ਲੱਗਦੇ ਨੇ ਬਹੁਤ ਅੱਛਾ ਇੱਕ ਜਿਹੜਾ ਉਹ ਸ਼ੌਂਕ ਕਬੂਤਰਬਾਜ਼ੀ ਦਾ ਉਹ ਵਾਕ ਕਹਿੰਦਾ ਮੈਨੂੰ Song ਤੇ ਹੁਣ ਜਿਹੜਾ ਆ ਉਹ ਵੀ Song ਵਧੀਆ ਕੀ ਰੋਲ ਵਿੱਚ ਕਰਦੇ ਆ ਮੈਂ ਸ਼ੂਟ ਦੇਖ ਕੇ ਆ ਤੇ ਮਤਲਬ ਗਾਣਾ ਸੁਣਾ ਸਕਦੇ ਹਾਂ ਉਹ ਸ਼ੌਂਕ ਕਬੂਤਰਬਾਜ਼ੀ ਦਾ ਇੱਕ ਸ਼ੌਂਕ ਕਬੂਤਰਬਾਜ਼ੀ ਦਾ ਇੱਕ ਜਸ ਕਾ ਜੋ ਐ ਦੀ ਬਾਜ਼ੀ ਦਾ ਦੀ ਰਤਵਾ ਸਭ ਨੂੰ ਬਾਜੀ ਦਾ ਜੜਾੜੇ ਤਾ ਗਾਟਾਂ ਲਾ ਦੀ ਦਾ ਅਰੇ ਵਾ 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 ਮਤਲਬ ਬੱਚੇ ਨੇ ਤਾਂ ਸਾਡੀ ਰੂਹ ਹੀ ਖੁਸ਼ ਕਰ ਦਿੱਤੀ ਮਤਲਬ ਜੋ ਤੁਹਾਨੂੰ ਪਤਾ ਹੈ ਕਿ ਜੋ ਸਿੱਧੂ ਮੂਸੇਵਾਲੇ ਤੇ ਬਬੂ ਮਾਨ ਜੀ ਦੇ ਵਿੱਚਕਾਰ ਜੋ ਕੌਂਟ੍ਰੋਵਰਸੀ ਚੱਲ ਰਹੀ ਜੋ ਲੜਾਈ ਚੱਲਦੀ ਵੀ ਉਹਦੇ ਬਾਰੇ ਕੁਝ ਪਤਾ ਹੈ ਬਬੂ ਮਾਨ ਜੀ ਕਰਦੇ ਆ ਇਹ ਬਹੁਤ ਪਰਫੈਕਟ ਹੈ ਇਹ ਦੇਸ਼ ਦੀ ਸੇਵਾ ਕਰਦੇ ਆ ਸਿੱਧੂ ਮੂਸੇਵਾਲਾ ਬਾਬੇ ਕਾਰ ਮਤਲਬ ਕਿ ਜਵਾਗ ਵੀ ਜਿਹੜੇ ਹਨ ਉਹ ਬੱਬੂ ਮਾਨ ਦੀ ਸਿਫਤ ਕਰਦੇ ਕਿ ਜੇ ਆਪਾਂ ਪਿੰਡ ਦੇ ਆ ਤੇ ਹਨੂਮਾਨ ਸਾਹਿਬ ਵੀ ਜਿਹੜੇ ਉਹ ਚੰਗੇ ਲੱਗਦੇ ਨੇ ਪਿੰਡ ਵਿੱਚ ਬੱਚੇ ਤਾਂ ਬੱਚੇ ਪਰ ਹੁਣ ਅਸੀਂ ਵੱਡਿਆਂ ਤੋਂ ਵੀ ਪੁੱਛਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ ਕਿਵੇਂ ਤੇ ਲੱਗਦੇ ਨੇ ਉਹਨਾਂ ਨੂੰ ਬੱਬੂ ਮਾਨ ਜੀ ਤੇ ਉਹਨਾਂ ਦੇ ਗਾਣੇ ਤੇ ਪਿੰਡ ਵਿੱਚ ਕਿਵੇਂ ਦਾ ਹੈ ਉਹਨਾਂ ਦਾ ਰਹਿਣ ਸਹਿਣ ਬੱਬੂ ਮਾਨ ਜੀ ਬਹੁਤ ਵਧੀਆ ਸਿੰਗਰ ਆ ਬਹੁਤ ਵਧੀਆ ਸੁਭਾਅ ਦੇ ਆ ਬਹੁਤ ਹੀ ਵਧੀਆ ਸਤਕਾਰ ਕਰਦੇ ਆ ਸਿਆਣਿਆਂ ਦਾ ਸਭ ਦੇ ਪੈਰੀ ਹੱਥ ਲਾਉਂਦੇ ਜਿਆਦਾ ਹੁੰਦੇ ਆ ਤੇ ਬਹੁਤ ਗਰੀਬਾਂ ਦੀ ਬਹੁਤ ਹੈਲਪ ਕਰਦੇ ਆ ਤੇ ਗੋਂਦੇ ਬਾਸ ਸੋਣਾ ਹੈ ਤੇ ਇੰਨਾ ਵਧੀਆ ਗੋਂਦੇ ਨਾ ਉਹਨਾਂ ਵਰਗਾ ਕਿਸੇ ਨੇ ਗਾਣਾ ਨਾ ਗਾਇਆ ਹੈ ਅੱਜ ਤੱਕ ਮਤਲਬ ਪਿੰਡ ਵਾਲਿਆਂ ਦਾ ਤੇ ਇਹੀ ਮੰਨਣਾ ਕਿ ਸਾਡੇ ਵਾਸਤੇ ਤੇ ਸਾਡਾ ਬਣਨ ਓਨਲੀ ਮਾਨ ਹੈ ਮਤਲਬ ਤੁਹਾਨੂੰ ਤੁਹਾਨੂੰ ਮਾਨ ਮਹਿਸੂਸ ਹੁੰਦਾ ਜਦੋਂ ਕਿ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਅਸੀਂ ਬੱਬੂ ਮਾਨ ਦੇ ਪਿੰਡ ਦੇ ਆ ਤੇ ਤੁਹਾਨੂੰ ਮਤਲਬ ਕਿੰਨਾ ਕੁ ਮਾਨ ਮਹਿਸੂਸ ਹੁੰਦਾ ਹੈ ਇਹ ਚੀਜ਼ ਬੋਲ ਕੇ ਹਾਂਜੀ ਅਸੀਂ ਜਿੱਥੇ ਵੀ ਜਾਂਦੇ ਆ ਸਾਨੂੰ ਪੁੱਛਦੇ ਆ ਨਾ ਵੀ ਤੁਸੀਂ ਕਿੱਥੇ ਰਹਿੰਦੇ ਥੋੜਾ ਮਤਲਬ ਆਹ ਕੀ ਉਹ ਕੀ ਹੈ ਪਤਾ ਅਸੀਂ ਕਹਿੰਦੇ ਆ ਨੀਅਰ ਬੱਬੂ ਮਾਨ ਖਾਨ ਮਤਲਬ ਕਿ ਇਹਨਾਂ ਦਾ ਕਹਿਣਾ ਹੈ ਕਿ ਅੱਜ ਇਹਨਾਂ ਦੇ ਪਤੇ ਨੂੰ ਵੀ ਘਰ ਦੇ ਪਤੇ ਨੂੰ ਵੀ ਬੱਬੂ ਮਾਨ ਜੀ ਦੇ ਨਾਮ ਤੋਂ ਪਛਾਣਿਆ ਜਾਂਦਾ ਹੈ ਜੋ ਕਿ ਇੱਕ ਸਿੰਗਰ ਵਾਸਤੇ ਵੀ ਔਰ ਪਿੰਡ ਦੇ ਲੋਕਾਂ ਵਾਸਤੇ ਵੀ ਬਹੁਤ ਵੱਡੀ ਗੱਲ ਹੈ ਵਧੀਆ ਬਹੁਤ ਜ਼ਿਆਦਾ ਜਿੰਨਾ ਕਹਿ ਦੋ ਉਹਨਾਂ ਘੱਟ ਹੈ ਬਸ ਐਨੇ ਵਧੀਆ ਸਿੰਗਰ ਹੈ ਐਨੇ ਵਧੀਆ ਸੁਭਾਅ ਦੇ ਹੈ ਪਿੰਡ ਵਿੱਚ ਤਾਂ ਐਵੇਂ ਆਨੇ ਜਿਵੇਂ ਕੋਈ ਮਤਲਬ ਪਹਿਲਾਂ ਤੋਂ ਹੀ ਐਵੇਂ ਕੋਈ ਨਹੀਂ ਉਪਰਾ ਕਰਦਾ ਕੋਈ ਕੁਝ ਨਹੀਂ ਕਰਦਾ ਰਾਮ ਨਾਲ ਸਭ ਨੂੰ ਮਿਲਦੇ ਆਂ, ਰਾਮ ਨਾਲ ਸਭ ਨਾਲ ਗੱਲ ਕਰਦੇ ਆਂ, ਸਿਆਣਿਆਂ ਨਾਲ ਵੀ, ਬੱਚਿਆਂ ਨਾਲ ਵੀ, ਵੱਡਿਆਂ ਨਾਲ ਵੀ। ਤੇ ਮਤਲਬ ਇਹਨਾਂ ਦਾ ਇਹੀ ਕਹਿਣਾ ਹੈ ਕਿ ਸਾਡੇ ਵਾਸਤੇ ਸਾਡਾ ਮਾਨ ਸਾਡੇ ਦਿਲਾਂ ਦੇ ਵਿੱਚ ਵੱਸਦਾ ਹੈ। ਗੱਲਬਾਤ ਦਾ سلسلہ ਅੱਗੇ ਵਧਾਉਂਦੇ ਹੋਏ ਅਸੀਂ ਪੁੱਛਦੇ ਆਂ ਕਿ ਮਤਲਬ ਬੱਬੂ ਮਾਨ ਜੀ ਦਾ ਆਪਣੇ ਪਿੰਡ ਵਿੱਚ ਕਿਵੇਂ ਦੀ ਬਣੀ ਹੈ ਉਹਨਾਂ ਦੀ ਲੋਕਾਂ ਦੇ ਨਾਲ? ਹਾਂ, ਨਹੀਂ ਨਹੀਂ ਸਾਰਿਆਂ ਦੇ ਨਾਲ ਬਹੁਤ ਵਧੀਆ ਉਹਨਾਂ ਦਾ। ਹਾਂ, ਕੋਈ ਉਹ ਤਾਂ ਤਾਇਆ ਨਹੀਂ ਕੋਈ ਚਾਚਾ ਨਹੀਂ ਕੋਈ ਆਪ ਨਹੀਂ ਕਦੇ ਕਿਸੇ ਨਾਲ ਵੀ ਲੜਿਆ ਕਿ ਨਾ ਉਹਨਾਂ ਨੇ ਕਦੇ ਲੜਾਈ ਕੀਤੀ। ਹਾਂ, ਬਹੁਤ ਸਾਊ ਹੂ ਪਹਿਲੀ ਘੜੀ ਤੇ। ਤੇ ਮਤਲਬ ਕਿ ਜਦੋਂ ਪਿੰਡ ਦੇ ਵਿੱਚ ਆਉਂਦੇ ਨੇ ਲੋਕਾਂ ਦੇ ਨਾਲ ਆਮ ਆਮ ਵਾਂਗੂ ਮਤਲਬ ਬੈਠਦੇ ਨੇ ਗੱਲਬਾਤ ਕਰਦੇ ਨੇ ਆਹ ਦੋਦੇ ਸੁਖਦੇ ਚ ਆਉਂਦੇ ਆ ਅੱਜ ਕਾ ਸੜਕਾਂ ਬਣੀਆਂ ਗਲੀਆਂ ਬਣੀਆਂ ਸਾਰੀਆਂ ਦੇਖਦੇ ਆ ਫਿਰਦੇ ਤੁਰਦੇ ਆ ਮਤਲਬ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਮਤਲਬ ਸਾਡਾ ਜਿਹੜਾ ਮਾਂ ਨੇ ਉਹ ਦਿਲ ਦਾ ਸਾਫ਼ ਹੈ ਤੇ ਉਹਦੇ ਵੱਲੋਂ ਜਿਹੜੀ ਲੜਾਈ ਕਹਿ ਲਓ ਜਾਂ ਫਿਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੋ ਸਕਦੀ ਸਾਨੂੰ ਹੁਣ ਉਹ ਮਿਲ ਚੁੱਕੇ ਨੇ ਸਖਸ਼ ਜੋ ਕਿ ਬੱਬੂ ਮਾਨ ਜੀ ਦੇ ਕਾਲਜ ਵਿੱਚ ਪੜ੍ਹ ਚੁੱਕੇ ਨੇ ਤੇ ਵੇਖਦੇ ਆ ਕਿ ਇੱਕੋ ਹੀ ਕਾਲਜ ਵਿੱਚ ਪੜ੍ਹ ਕੇ ਜੋ ਮਤਲਬ ਇੱਕ ਦੂਜੇ ਨਾਲ ਜਿਹੜੀ ਅਟੈਚਮੈਂਟ ਹੁੰਦੀ ਹੈ ਉਸ ਬਾਰੇ ਕੀ ਕਹਿਣਾ ਹੈ ਇਹਨਾਂ ਦਾ ਤੇ ਤੁਸੀਂ ਦੱਸੋ ਕਿ ਮਤਲਬ ਕਿਵੇਂ ਦਾ ਸੁਭਾਅ ਸੀ ਉਹਨਾਂ ਦਾ ਕਾਲਜ ਸਮੇਂ ਤੋਂ ਲੈ ਕੇ ਹੁਣ ਤੱਕ ਮਤਲਬ ਫੇਮ ਮਿਲਣ ਦੇ ਨਾਲ ਕੋਈ ਚੇਂਜ ਆਇਆ ਉਹਦੇ ਵਿੱਚ ਕਿ ਨਹੀਂ ਨਹੀਂ ਵਧੀਆ ਸੁਭਾਅ ਹੀ ਕੋਈ ਉਹ ਚੱਕਰ ਨਹੀਂ ਹੈਗਾ ਉਹਦਾ ਸਭ ਨੂੰ ਬੁਲਾਉਂਦਾ ਚੱਲਦਾ ਇੱਥੇ ਆਉਂਦਾ ਤਾਂ ਘੁੰਮ ਕੇ ਜਾਂਦਾ ਗਲੀਆਂ 'ਚ ਹੁਣ ਕੀ ਉਦੋਂ ਇੰਨੇ ਮਸ਼ਹੂਰ ਨਹੀਂ ਸੀ ਪਰ ਹੁਣ ਉਹਨਾਂ ਨੂੰ ਬੱਚਾ ਬੱਚਾ ਜਾਣਦਾ ਕਿ ਉਹਨਾਂ ਦੇ ਸੁਭਾਅ 'ਚ ਕੋਈ ਬਦਲਾਅ ਆਇਆ ਕਿ ਨਹੀਂ ਨਹੀਂ ਹੁਣ ਬਦਲਾਅ ਨਹੀਂ ਆਇਆ ਜੀ ਉਦੋਂ ਉਦਾਂ ਹੀ ਚੱਲਦਾ ਬੱਚਿਆਂ ਨਾਲ ਵੀ ਕਿ ਜਿਹੜੀ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਵਿੱਚ ਲੜਾਈ ਚੱਲ ਰਹੀ ਹੈ ਜਿਹਦੇ ਬਾਰੇ ਬੱਬੂ ਮਾਂਝ ਦੇ ਫੈਨਸ ਥੋੜੇ ਭੜਕੇ ਨੇ ਤੇ ਉਧਰ ਸਿੱਧੂ ਮੂਸੇਵਾਲੇ ਜੀ ਵੀ ਜਿਹੜੇ ਆ ਗੱਲਾਂ ਨੂੰ ਪੇਸ਼ ਕੀਤਾ ਗਿਆ ਉਹਨਾਂ ਦੇ ਵੱਲੋਂ ਬੋਲੀਆਂ ਗਈਆਂ ਨੇ ਗੱਲਾਂ ਉਹ ਚੀਜ਼ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਵਧੀਆ ਹੈ ਸਾਨੂੰ ਸਿੱਧੂ ਮੂਸੇਵਾਲੇ ਦਾ ਕੋਈ ਉਹ ਨਹੀਂ ਸਾਨੂੰ ਤਾਂ ਬੱਬੂ ਆਣਾ ਪਿੰਡ ਦਾ ਬੰਦਾ ਹੈ ਅਸੀਂ ਉਹਦੇ ਫੈਨ ਨਾ ਪੈਣਗੇ ਤੇ ਬਰਾਬਰ ਦੇ ਕਲਾਸ ਵੈਲੂ ਰਹੇ ਹਾਂ। ਮਤਲਬ ਇਹਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਸਾਨੂੰ ਕੋਈ ਮਤਲਬ ਨਹੀਂ ਕਿਉਂਕਿ ਬੱਬੂ ਮਾਨ ਜਿਹੜਾ ਸਾਡੇ ਪਿੰਡ ਦਾ ਹੈ ਤੇ ਉਹ ਸਾਡੇ ਦਿਲਾਂ ਦੇ ਵਿੱਚ ਵੱਸਦਾ ਹੈ ਅਸੀਂ ਉਹਦੇ ਜਮਾਤੀ ਰਹਿ ਚੁੱਕੇ ਹਾਂ ਇਸ ਕਰਕੇ ਉਹਦੇ ਬਾਰੇ ਮਾੜਾ ਨਾ ਅਸੀਂ ਬੋਲ ਸਕਦੇ ਤੇ ਨਾ ਸੁਣ ਸਕਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਅਸੀਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਇਸੇ ਖੰਡ ਪਿੰਡ ਦੇ ਵਾਸੀ ਹੋ ਤੁਸੀਂ ਮਤਲਬ ਪਹਿਲਾਂ ਮਿਲ ਚੁਕੇ ਮਾਨ ਸਾਹਿਬ ਨੂੰ? ਹਾਂ ਜੀ ਹਾਂ ਸਾਡੇ ਪਿੰਡ ਦਾ 스타 ਸਾਡੇ ਪਿੰਡ ਦਾ ਮਿਲਦੇ ਰਹਿੰਦੇ ਆ। ਠੀਕ ਹੈ ਜੀ ਮਤਲਬ ਇਹ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਸਰ ਕਿ ਜਿਹੜੀ ਉਹਨਾਂ ਦੇ ਵਿੱਚ ਤੇ ਮੂਸੇ ਵਾਲੇ ਦੇ ਵਿੱਚ ਲੜਾਈ ਚੱਲ ਰਹੀ ਹੈ ਤੇ ਉਹਨਾਂ ਨੇ ਹਲੇ ਤੱਕ ਸਾਹਮਣੇ ਆ ਕੇ ਕੋਈ ਬਿਆਨ ਨਹੀਂ ਦਿੱਤਾ ਜੋ ਵੀ ਗੱਲ ਚੱਲੀ ਹੈ ਜੋ ਵੀ ਬਾਤ ਛੜਿਆ ਉਹਨਾਂ ਦੇ ਫੈਨਸ ਦੇ ਦੁਆਰਾ ਇਹ ਗੱਲ ਜਿਹੜੀ ਛੜੀਆ ਲੋਕਾਂ ਨੇ ਭੜਕਾਈ ਹੈ ਮਤਲਬ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਉਹਨਾਂ ਦਾ ਸੁਭਾਅ ਸੱਚੀ ਇਦਾਂ ਦਾ ਹੈ ਕਿ ਮਤਲਬ ਉਹ ਪਸੰਦ ਨਹੀਂ ਕਰਨਗੇ ਕਿ ਕੋਈ ਨਵਾਂ ਸਿੰਗਰ ਇੰਡਸਟਰੀ ਦੇ ਵਿੱਚ ਆਏ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮਾਨ ਸਾਹਿਬ ਬੜੇ ਵਧੀਆ ਬੰਦੇ ਆ ਤੇ ਉਹ ਤਾਂ ਕਦੇ ਇਦਾਂ ਦੀ ਗੱਲੇ ਨਹੀਂ ਕਰਦੇ ਲਈ ਵੀ ਆ ਕੇ ਕਦੇ ਕਿਸੇ ਸਿੰਗਰ ਬਾਰੇ ਵੱਧ ਘੱਟ ਬੋਲਣਾ ਬੜੇ ਸਟਾਰ ਆ ਉਹ ਉਹਨਾਂ ਨੂੰ ਦੱਸਣ ਦੀ ਵੀ ਲੋੜ ਨਹੀਂ ਵੀ ਮੈਂ ਸਟਾਰ ਆ ਦੁਨੀਆ ਮੰਦੀ ਆ ਇਹਦੀ ਗੱਲ ਤਾਂ ਹੀ ਜਾਇਜ਼ ਹੈ ਕਿ ਦੁਨੀਆ ਮੰਦੀ ਆ ਫਿਰ ਤੂੰ ਕਿਤੇ ਨਾ ਕਿਤੇ ਮੰਨਦੇ ਹੋ ਕਿ ਇਹਦੇ ਵਿੱਚ ਲੋਕਾਂ ਨੇ ਜਿਆਦਾ ਜਿਹੜਾ ਪੜਕਾਇਆ ਮਾਮਲੇ ਨੂੰ ਜਦ ਕਿ ਮਾਮਲਾ ਕੁਝ ਵੀ ਨਹੀਂ ਸੀ ਲੋਕਾਂ ਨੇ ਨਹੀਂ ਪੜਕਾਇਆ ਇਹ ਜਿਹੜਾ ਨਾ ਸਿੱਧੂ ਮੂਸੇਵਾਲ ਥੋੜਾ ਬੋਲੇ ਆ ਨਾ ਉਹਦੇ ਕਰਕੇ ਫਿਰ ਉਹਦੇ ਫੈਨ ਲੱਗੇ ਬੋਲਣ ਉਹਨੂੰ ਵੀ ਨਹੀਂ ਬੋਲਣਾ ਚਾਹੀਦਾ ਤਾਂ ਨਜਾਇਜ਼ ਬੋਲੇ ਆ ਉਹ ਵੀ ਜੀ ਜੀ ਕਿਤਨਾ ਕਿਤੇ ਤੁਹਾਡੀ ਗੱਲ ਵੀ ਜਿੱਦ ਨਾਲ ਆਪਾਂ ਸਹਿਮਤ ਆ ਪਰ ਜਿੱਦਾਂ ਸ਼ੁਰੂਆਤ ਜਿਹੜੀ ਇੱਕ ਪੋਸਟ ਤੋਂ ਹੋਈ ਇੱਕ ਟ੍ਰੈਂਡਿੰਗ ਨੰਬਰ 1 ਜਿਹੜੀ ਪਾਈ ਗਈ ਮਤਲਬ ਜੇਕਰ ਮਾਨ ਸਾਹਿਬ ਸਾਨੂੰ ਵੀ ਪਤਾ ਹੈ ਮਾਨ ਸਾਹਿਬ ਫੈਨਸ ਦੇ ਦਿਲਾਂ ਚ ਉਹਦਾ ਵੀ ਨੰਬਰ 1 ਤਾਂ ਹੀ ਨੇ ਪਰ ਇਹ ਨੰਬਰ 1 ਵਾਲੀ ਗੱਲ ਨੂੰ ਲੈ ਕੇ ਜਿਹੜੇ ਵਿਵਾਦਾਂ ਨੂੰ ਛੇੜਨਾ ਇਹ ਸਹੀ ਕਿਉਂਕਿ ਦਿਲਾਂ ਚ ਦੇ ਫਿਲ ਵੀ ਮਾਨ ਹੀ ਵਸਦੇ ਨੇ ਗਾਣਾ ਭਾਵੇਂ ਜਿੱਦਾ ਮਰਜ਼ੀ ਨੰਬਰ 1 ਹੋਵੇ ਹੁਣ ਫੈਨ ਆ ਜਿਹੜਾ ਉਹਨਾਂ ਦੇ ਉਹ ਬੋਲੀ ਜਾਂਦੇ ਆ ਮਾਨ ਸਾਹਿਬ ਦਾ ਕਿਸੇ ਨੂੰ ਨਹੀਂ ਨਾ ਕਹਿ ਰਹੇ ਇਹ ਗੱਲ ਹੁਣ ਜਿਹੜੇ ਉਹਦੇ ਫੈਨ ਆ ਉਹ ਆਪਣੇ ਲੈਵਲ ਤੇ ਉਹ ਬੋਲੀ ਜਾਂਦੇ ਆ ਕਿੱਦਾਂ ਬੋ ਤੈਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਤੁਸੀਂ ਕਿਸੇ ਨੂੰ ਦੱਸ ਦਿਓ ਕਿ ਤੁਸੀਂ ਸਾਨੂੰ ਤਾਂ ਬਹੁਤ ਵੱਡਾ ਮਾਣ ਆ ਇੰਟਰਨੈਸ਼ਨਲ ਕਲਾਕਾਰ ਆ ਉਹ ਮਾਣ ਕਿਉਂ ਨਹੀਂ ਹੋਊਗਾ ਤੇ ਤੁਸੀਂ ਕਿਸੇ ਨੂੰ ਤੁਹਾਡੇ ਨਾਲ ਕਦੇ ਇਦਾਂ ਦਾ ਹੋਇਆ ਕੁਝ ਕੀ ਤੁਸੀਂ ਦੱਸਿਓ ਹੈ ਕਿ ਮੈਂ ਬੱਬੂ ਮਾਨ ਦੇ ਪਿੰਡ ਦਾ ਵਾਂ ਤੇ ਲੋਕਾਂ ਨੇ ਤੁਹਾਨੂੰ ਬੜੀ ਉਤਸੁਕਤਾ ਜਗਾਈ ਹੋਏ ਕਿ ਤੁਸੀਂ ਇਹ ਤਾਂ ਜਾਣਦੇ ਬੱਬੂ ਮਾਨ ਨੂੰ ਕੁਝ ਇਦਾਂ ਦਾ ਕੋਈ ਹਾਦਸਾ ਆਵੇਂ ਹੁੰਦਾ ਰਹਿੰਦੇ ਜੀ ਸਾਡੇ ਅਸੀਂ ਜਿੱਥੇ ਵੀ ਕਦੇ ਮਿਲਦੇ ਜੇ ਕੋਈ ਗੱਲ ਹੁੰਦੀ ਆ ਖੰਟ ਤੋਂ ਲੋਕੀ ਵੀ ਖੁਸ਼ ਹੁੰਨੇ ਆ ਸਾਨੂੰ ਬੜਾ ਮਾਣ ਹੁੰਦਾ ਲੀ ਸਾਡੇ ਪਿੰਡ ਦੇ ਮਾਨ ਸਾਹਿਬ ਦੀ ਗੱਲ ਹੋ ਰਹੀ ਆ ਲੋਕੀ ਸਾਨੂੰ ਮਿਲਣ ਬਾਰੇ ਕਹਿੰਦੇ ਸਾਨੂੰ ਮ ਤੇ ਜੀ ਪਿੰਡ ਦੇ ਲੋਕਾਂ ਦਾ ਇਹੀ ਕਹਿਣਾ ਹੈ ਕਿ ਮਾਨ ਸਾਹਿਬ ਉਹਨਾਂ ਦੇ ਪਿੰਡ ਦੀ ਸ਼ਾਨ ਨੇ ਭਾਵੇਂ ਜੋ ਮਰਜ਼ੀ ਹੋ ਜੇ ਪਰ ਅਸੀਂ ਆਪਣੇ ਮਾਨ ਸਾਹਿਬ ਤੋਂ ਨੀਵਾ ਨਹੀਂ ਮੰਨ ਸਕਦੇ ਉਹ ਸਾਡੇ ਵਾਸਤੇ ਸਾਡੇ ਦਿਲਾਂ ਦੇ ਵਿੱਚ ਵਸਦੇ ਨੇ ਗੱਲਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਹੋਏ ਤੇ ਪਿੰਡ ਵਿੱਚ ਘੁੰਮਦੇ ਹੋਏ ਅਸੀਂ ਅੱਗੇ ਪਹੁੰਚ ਚੁੱਕੇ ਹਾਂ ਤੇ ਹਾਂਜੀ ਕੀ ਨਾਮ ਜੀ ਆਪਣਾ ਜਗਮਨਜੀਤ ਸਿੰਘ ਜੀ ਜਗਮਨਜੀਤ ਅਸੀਂ ਪੁੱਛਣਾ ਚਾਹਾਂਗੇ ਕਿ ਬੱਬੂ ਮਾਨ ਜੀ ਦੇ ਗਾਣੇ ਸੁਣਦੇ ਹੋ ਤੁਸੀਂ ਹਾਂਜੀ ਹਾਂਜੀ ਤੇ ਇਹ ਕਿਹੜਾ ਉਹਨਾਂ ਦਾ ਗਾਣਾ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਹੈ ਸਭ ਤੋਂ ਵਧੀਆ ਤਾਂ ਜੀ ਜਿਹੜਾ ਹੁਣ ਅੜਬ ਪੰਜਾਬੀ ਕੱਢਿਆ ਜੀ ਬੱਬੂ ਮਾਨ ਖੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਲ ਲੈਂਦਾ ਵਾਹ ਜੀ ਵਾਹ ਤੇ ਜੋ ਉਹਨਾਂ ਦੇ ਵਿੱਚ ਤੇ ਸਿੱਧੂ ਮੂਸੇਵਾਲੇ ਦੇ ਵਿੱਚ ਜੋ ਲੜਾਈ ਜੋ ਕੌਂਟਰੋਵਰਸੀ ਚੱਲ ਰਹੀ ਏ ਉਹਦੇ ਬਾਰੇ ਤੁਹਾਨੂੰ ਕੁਝ ਪਤਾ ਹੈ ਹਾਂਜੀ ਪਤਾ ਤਾਂ ਹੈ ਜੀ ਮੈਨੂੰ ਸਭ ਮਤਲਬ ਤੁਹਾਡਾ ਕੀ ਮੰਨਣਾ ਹੈ ਕਿ ਫੈਨਸ ਦੇ ਦਿਲਾਂ ਵਿੱਚ ਤੇ ਸਾਨੂੰ ਪਤਾ ਹੈ ਕਿ ਬੱਬੂ ਮਾਨ ਜੀ ਨੰਬਰ 1 ਨੇ ਤੇ ਜੇਕਰ ਮਤਲਬ ਉਹਨਾਂ ਦੇ ਗਾਣਾ ਸਿੱਧੂ ਮੂਸੇਵਾਲਾ ਜੀ ਦਾ ਗਾਣਾ ਇੱਕ ਨੰਬਰ ਤੇ ਆ ਵੀ ਗਿਆ ਤੇ ਇਹਦੇ ਵਿੱਚ ਵਿਵਾਦਾਂ ਨੂੰ ਛੇੜਨ ਦੀ ਕਿਹੜੀ ਗੱਲ ਜੀ ਕਿਉਂਕਿ ਦਿਲਾਂ ਵਿੱਚ ਫੈਨ ਦਿਲਾਂ ਵਿੱਚ ਤੇ ਬੱਬੂ ਮਾਨ ਰਾਜ ਕਰਦੇ ਹੀ ਨੇ ਜੇ ਗਾਣਾ ਆ ਵੀ ਜਾਵੇ ਤੇ ਕੀ ਲੋਕਾਂ ਦਾ ਬੋਲਣਾ ਇੱਥੇ ਸਹੀ ਸੀਗਾ ਵੈਸੇ ਲੋਕਾਂ ਦਾ ਬੋਲਣਾ ਸਹੀ ਤਾਂ ਨਹੀਂ ਸੀ ਪਰ ਜੋ ਬੱਬੂ ਮਾਨ ਨੇ ਆਪਣੇ ਫੈਨਸ ਦੇ ਦਿਲਾਂ 'ਚ ਜੋ ਬਣੀ ਛਾਪ ਛੱਡੀ ਹੋਈ ਆ ਉਹਦੀ ਕਰਕੇ ਫੈਨ ਉਹਦੇ ਬਾਰੇ ਬੋਲ ਰਹੇ ਨੇ ਉਹਦੇ ਮਾਰੇ ਸਿੱਧੂ ਮੂਸੇਵਾਲਾ ਦੇ ਖਿਲਾਫ ਕਿਉਂਕਿ ਜੇ ਬੱਬੂ ਮਾਨ ਬਾਰੇ ਕੋਈ ਖਿਲਾਫ ਬੋਲੂਗਾ ਤਾਂ ਉਹਦੇ ਫੈਨ ਛੱਡਣਗੇ ਹੀ ਜੀ ਜੀ ਬਿਲਕੁਲ ਮੈਨੂੰ ਇਹਨਾਂ ਦੀ ਗੱਲ ਬਹੁਤ ਜ਼ਿਆਦਾ ਸਹੀ ਲੱਗੀ ਕਿ ਜੋ ਫੈਨਸ ਨੇ ਉਹ برداشت ਨਹੀਂ ਕਰ ਸਕਦੇ ਕਿ ਉਹਨਾਂ ਨੂੰ ਜਿਹਨੂੰ ਉਹ ਉਸਤਾਦ ਮੰਨਦੇ ਨੇ ਉਹਦੇ ਬਾਰੇ ਮਾੜਾ ਬੋਲਿਆ ਜਾਵੇ ਤੇ ਤੁਹਾਡਾ ਕੀ ਕਹਿਣਾ ਹੈ ਕਿ ਬੱਬੂ ਮਾਨ ਜੀ ਨੇ ਹਲੇ ਤੱਕ ਸਾਹਮਣੇ ਕੋਈ ਬਿਆਨ ਨਹੀਂ ਦਿੱਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਬੱਬੂ ਮਾਨ ਜੀ ਨੂੰ ਹੁੰਦਾ ਹੈ ਕਿ ਨਵੇਂ ਸਟਾਰ ਇੰਡਸਟਰੀ 'ਚ ਕਿਉਂ ਆ ਰਹੇ ਨਹੀਂ ਹੈ ਜਾਂ ਕੁਝ ਇਦਾਂ ਦੀ ਉਹਨਾਂ ਦੇ ਦਿਲ 'ਚ ਕੋਈ ਗੱਲ ਹੋਵੇਗੀ ਨਹੀਂ ਨਹੀਂ ਬੱਬੂਆਂ ਦੇ ਦਿਲ 'ਚ ਇਹ ਜੀ ਕੋਈ ਗੱਲ ਨਹੀਂ ਹੈਗੀ ਬੱਬੂਆਂ ਨੂੰ ਤਾਂ ਇਹ ਟ੍ਰੈਂਡਿੰਗ ਦਾ ਵੀ ਕੋਈ ਹੋਣੀ ਉਹਨੂੰ ਆ ਨਹੀਂ ਵੀ ਮੇਰਾ ਗਾਣਾ ਟ੍ਰੈਂਡਿੰਗ 'ਚ ਆਇਆ ਜਾਂ ਨਹੀਂ ਉਹਨੂੰ ਬਸ ਆਪਣੇ ਗਾਣੇ ਦਾ ਇੱਕ ਮਤਲਬ ਆ ਵੀ ਵਧੀਆ ਗਾਣਾ ਵੀ ਲੋਕ ਦੇਖ ਰਹੇ ਨੇ ਤੇ ਪਸੰਦ ਕਰ ਰਹੇ ਆ ਮਤਲਬ ਅਸੀਂ ਕਹਿ ਸਕਦੇ ਆ ਕਿ ਉਹਨਾਂ ਦੇ ਫੈਨਸ ਦੇ ਨਾਲ-ਨਾਲ ਉਹਨਾਂ ਦੇ ਪਿੰਡ ਦੇ ਲੋਕ ਵੀ ਉਹਨਾਂ ਨੂੰ ਪੂਰਾ ਸਪੋਰਟ ਕਰਦੇ ਨੇ ਪੂਰਾ ਪਿਆਰ ਕਰਦੇ ਨੇ ਕਿਉਂਕਿ ਇਹਨਾਂ ਦੀ ਸਾਰੀਆਂ ਗੱਲਾਂ ਮੈਨੂੰ ਬਿਲਕੁਲ ਜਾਇਜ਼ ਲੱਗੀਆਂ ਕਿ ਉਹਨਾਂ ਨੂੰ ਕੋਈ ਮਤਲਬ ਨਹੀਂ ਟ੍ਰੈਂਡਿੰਗ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਉਹਨਾਂ ਨੂੰ ਮਤਲਬ ਹੈ ਆਪਣੇ ਗਾਣੇ ਦੇ ਨਾਲ ਤੇ ਆਪਣੇ ਫੈਨਸ ਦੇ ਪਿਆਰ ਦੇ ਨਾਲ ਯਾਰਾਂ ਦਾ ਨਹੀਂ ਸ਼ੌਂਕ ਲਾਈਵ ਤੇ ਨਿੱਤਰ ਰਪਲਾਈਆਂ ਦਾ ਦੁਨੀਆ ਕਰੂ ਨਵੇੜਾ ਮਿੱਤਰਾ ਕੰਮ ਕਮਾਈਆਂ ਦਾ ਬੇਈਮਾਨ ਸੀ ਕੱਲ ਵੀ ਜੀਰੋ ਤੇ ਅੱਜ ਵੀ ਜੀਰੋ ਐ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ ਵਾਹ ਜੀ ਵਾਹ ਮਤਲਬ ਗਾਣਿਆ ਗਾ ਕੇ ਇਹਨਾਂ ਨੇ ਚਾਰ ਚੰਦ ਲਾਤੇ ਨੇ ਕਿ ਭਾਵੇਂ ਬੱਬੂ ਮਾਨ ਜੀ ਦਾ ਹੀਰੋ ਬੰਦਾ ਸਿੰਘ ਬਹਾਦਰ ਹੈ ਪਰ ਪਿੰਡ ਵਾਲਿਆਂ ਦਾ ਜਿਹੜਾ ਹੀਰੋ ਹੈ ਬੱਬੂ ਮਾਨ ਜੀ ਇਹ ਸਾਨੂੰ ਦੇਖਣ ਨੂੰ ਵੀ ਮਿਲ ਰਿਹਾ ਤੇ ਸੁਣਨ ਨੂੰ ਵੀ ਮਿਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਅਸੀਂ ਇਹ ਪੁੱਛਣਾ ਚਾਹਵਾਂਗੇ ਕਿ ਕਿੰਨੇ ਮਤਲਬ ਕਿ ਕਿਤੇ ਗਾਣੇ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਨੇ ਪੰਜਾਬੀ ਗਾਣੇ ਮੈਂ ਤਾਂ ਸਭ ਤੋਂ ਜ਼ਿਆਦਾ ਬੱਬੂ ਮਾਨ ਸਾਹਿਬ ਦੇ ਗਾਣੇ ਪਸੰਦ ਕਰਦਾ ਹਾਂ ਸ਼ੁਰੂ ਤੋਂ ਹੀ ਤੇ ਮਤਲਬ ਇਹ ਤਾਂ ਕਰਕੇ ਨਹੀਂ ਕਿ ਤੁਸੀਂ ਉਹਨਾਂ ਦੇ ਪਿੰਡ ਦੇ ਵਾਸੀ ਹੋ ਜਾਂ ਫਿਰ ਇਹ ਤਾਂ ਕਰਕੇ ਨਹੀਂ ਕਿ ਮਤਲਬ ਕਿ ਉਹਦਾ ਉਹਨਾਂ ਦੀ ਲਿਖਤ ਹੀ ਤੁਹਾਨੂੰ ਪਸੰਦ ਲਿਖਤ ਪਸੰਦ ਹੁੰਦੀ ਹੈ ਤੁਹਾਨੂੰ ਉਹਨਾਂ ਦੀ ਲਿਖਤ ਬਹੁਤ ਵਧੀਆ ਹੈ ਉਹਨਾਂ ਗਾਇਕੀ ਬਹੁਤ ਵਧੀਆ ਹੈ ਅਸਲ 'ਚ ਉਹਨਾਂ ਨੇ ਹੀ ਗਾਇਕੀ ਦਾ ਮਤਲਬ ਸਾਰੇ ਜਗਤ ਨੂੰ ਦੱਸਿਆ ਤੁਹਾਡੇ ਕਹਿੰਦਾ ਮਤਲਬ ਇਹ ਕਿ ਇੱਕ ਮੋਡ ਜਿਹੜਾ ਬੰਨਿਆ ਹੈ ਗਾਇਕੀ ਦਾ ਉਹ ਉਹਨਾਂ ਨੇ ਬੰਨਿਆ ਹੈ ਹਾਂਜੀ ਤੇ ਜੋ ਉਹਨਾਂ ਦੀ ਤੇ ਮੂਸੀ ਵਾਲ ਜੀ ਦੀ ਲੜਾਈ ਚੱਲ ਰਹੀ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਮੋਸੇ ਵਾਲੇ ਤੇ ਬੱਬੂ ਮਾਨ ਦੀ ਲੜਾਈ ਵਿੱਚ ਇਹਨਾਂ ਦੀ ਕੋਈ ਆਪਸ ਦੀ ਲੜਾਈ ਤਾਂ ਹੈ ਨਹੀਂ ਐ ਨਾ ਜਿਹੜੇ ਫੈਨਸ ਆ ਉਹੀ ਲੜਾਈ ਬਣਾ ਰਹੇ ਆ ਇਹ ਇਹਨਾਂ ਬੱਬੂ ਮਾਨ ਸਾਹਿਬ ਦਾ ਗਾਣਾ ਆ ਇਹ ਅੜ ਪੰਜਾਬੀ ਉਹਨੇ 10 ਮਿੰਟ ਦਾ ਗਾਣਾ ਆ ਉਹਦੇ ਵਿੱਚ ਬਹੁਤ ਕੁਝ ਕਿਹਾ ਹੈ ਉਹਨੇ ਤੇ ਮੋਸੇ ਵਾਲੇ ਨੇ ਮੋਸੇ ਵਾਲੇ ਨੂੰ ਹੀ ਇਸ ਗਾਣੇ ਦੇ ਵਿੱਚ ਅਜਿਹਾ ਲੱਗਿਆ ਕਿ ਜੋ ਵੀ ਬੱਬੂ ਮਾਨ ਸਾਹਿਬ ਨੇ ਕਿਹਾ ਉਹ ਸਿਰਫ ਇਹਨੂੰ ਹੀ ਕਿਹਾ ਤਾਂ ਕਰਕੇ ਸਿਰਫ ਮੋਸੇ ਵਾਲਾ ਹੀ ਬੋਲਿਆ ਦੁਨੀਆ ਵਿੱਚ ਹੋਰ ਵੀ ਸਿੰਗਰ ਆ ਪੰਜਾਬ ਵਿੱਚ ਬਹੁਤ ਸਾਰੇ ਸਿੰਗਰ ਨੇ ਆਰਟਿਸਟ ਸਨ ਪਰ ਉਹਨਾਂ ਨੇ ਕਿਸੇ ਹੋਰ ਨੇ ਨਹੀਂ ਕੁਝ ਬੋਲਿਆ ਹੈਗਾ ਪਰ ਗੱਲ ਜਿਹੜੀ ਉਹ ਇੱਥੋਂ ਵਧੀ ਕਿ ਉਹਨਾਂ ਦਾ ਮੂਸੇ ਵਾਲੇ ਦਾ ਗਾਣਾ ਵੀ ਆਇਆ ਸੀ ਜੋ ਕਿ ਉਹਨਾਂ ਨੇ ਪੋਸਟ ਪਾਈ ਸੀ ਟ੍ਰੈਂਡਿੰਗ 1 ਚ ਚੱਲ ਰਿਹਾ ਸੀ ਤੇ ਅੜਾ ਪੰਜਾਬੀ ਟ੍ਰੈਂਡਿੰਗ 2 ਚ ਚੱਲ ਰਿਹਾ ਸੀ ਗੱਲ ਇਸ ਕਰਕੇ ਵਧੀ ਕਿਉਂਕਿ ਫੈਨਸ ਨੂੰ ਚੰਗਾ ਨਹੀਂ ਲੱਗਾ ਜਦੋਂ ਉਹਨਾਂ ਨੇ ਸਕਰੀਨਸ਼ਾਟ ਲੈ ਕੇ ਜਿਹੜਾ ਆਪਣੇ ਸ਼ੇਅਰ ਕੀਤਾ ਇੰਸਟਾਗ੍ਰam ਹੈਂਡਲ ਤੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਫੈਨਸ ਦਾ ਇਸ ਗੱਲ ਤੇ ਬੋਲਣਾ ਜ਼ਾਇਦ ਸੀ ਜੇ ਉਹਨਾਂ ਨੇ ਸਕਰੀਨਸ਼ਾਟ ਲੈ ਕੇ ਸ਼ੇਅਰ ਕਰਤਾ ਕਿ ਮੇਰਾ ਗਾਣਾ ਨੇ ਫੈਨਸ ਨੂੰ ਇਹ ਬੋਲਣਾ ਨਹੀਂ ਚਾਹੀਦਾ ਕਿਉਂਕਿ ਦੋਵੇਂ ਆਰਟਿਸਟ ਨੇ ਦੋਹੇ ਸਿੰਗਰ ਆ ਉਹ ਮੋਸੇ ਵਾਲੇ ਦਾ ਆਪ ਦਾ ਗਾਣਾ ਹੈ ਤੇ ਬੱਬੂ ਮਾਨ ਦਾ ਆਪ ਦਾ ਗਾਣਾ ਹੈ ਉਹ ਦੋਹੇ ਗਾਣੇ ਗਾ ਰਹੇ ਆ ਉਹਨਾਂ ਦੋਹਾਂ ਟ੍ਰੈਂਡਿੰਗ ਚ ਚੱਲਦਾ ਚੱਲੀ ਜਾਣ ਦਾ ਇਹਨਾਂ ਨੂੰ ਫੈਨਸ ਨੂੰ ਕੀ ਪ੍ਰੋਬਲਮ ਹੈ ਹਾਂਜੀ ਮਤਲਬ ਇਹਦਾ ਕਹਿਣਾ ਹੈ ਕਿ ਜੇਕਰ ਦੋਵੇਂ ਹੀ ਸਿੰਗਰ ਨੇ ਦੋਵੇਂ ਆਪਣੀ ਜਗ੍ਹਾ ਕੰਮ ਕਰ ਰਹੇ ਨੇ ਤੇ ਜੇਕਰ ਦੋਵਾਂ ਦੇ ਗਾਣੇ ਟ੍ਰੈਂਡਿੰਗ 'ਚ ਨੇ ਜਿੱਦਾ ਚੱਲਣਾ ਚੱਲਣ ਤੋਂ ਇਸ ਕਰਕੇ ਇਹ ਗੱਲਾਂ ਨੂੰ ਲੈ ਕੇ ਲੜਨ ਦੀ ਲੋੜ ਨਹੀਂ ਹੈਗੀ ਜਦਕਿ ਪਿਆਰ ਮੁਹੱਬਤ ਦੇ ਨਾਲ ਸਾਰਿਆਂ ਨੂੰ ਰਹਿਣਾ ਚਾਹੀਦਾ ਹੈ ਕਿਉਂਕਿ ਦੋਵੇਂ ਇੱਕੋ ਹੀ ਪੇਸ਼ੇ ਦੇ ਜਿਹੜੇ ਹਿੱਸਾ ਨੇ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅੰਕਲ ਜੀ ਕੋ ਪਹੁੰਚ ਚੁੱਕੇ ਹਾਂ ਤੇ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਸੀਂ ਇਹ ਜਾਨਣਾ ਚਾਹਾਂਗੇ ਕਿ ਤੁਸੀਂ ਕਿੱਦਾਂ ਜਾਣਦੇ ਬੱਬੂ ਮਾਨ ਜੀ ਨੂੰ ਮਤਲਬ ਅਸੀਂ ਤਾਂ ਬੱਬੂ ਮ ਪਰ ਖੇਤੀ ਇਕੱਠੀ ਕਰਦੇ ਰਹੇ ਹੱਟ ਦੇ ਨਾਲ ਬੱਟ ਸੀਗਾ ਡੰਗਰ ਕੱਖ ਵੀ ਵੜਦੇ ਰਹੇ ਉਹ ਮੱਝਾਂ ਨੂੰ ਕੱਖ ਪਾਉਂਦੇ ਵੀ ਰਹੇ ਆ ਆਪਣਾ ਪੜਦੇ ਵੀ ਰਹੇ ਆ ਉਹਨ ਦਾ ਸੁਭਾਅ ਪਹਿਲਾਂ ਤੋਂ ਹੀ ਬੜਾ ਵਧੀਆ ਸੀਗਾ ਪਿੰਡ ਵਿੱਚ ਬਹੁਤ ਵਧੀਆ ਮਿਲ ਵਰਤਨ ਸਾਡੇ ਨਾਲ ਤਾਂ ਬਹੁਤ ਉਹਨਾਂ ਦਾ ਪਿਆਰ ਸੀਗਾ ਅੱਜ ਵੀ ਪਿਆਰ ਗੀਤ ਵੀ ਉਹਨਾਂ ਨੇ ਬਹੁਤ ਮਿਹਨਤ ਕਰੀ ਆ ਬਚਪਨ ਤੋਂ ਉੱਠੇ ਆ ਪਹਿਲਾਂ ਲਿਖਣਾ ਸਿੱਖਿਆ ਉਹਨਾਂ ਨੇ ਤੇ ਪੜਦੇ ਰਹੇ ਫਿਰ ਲਿਖਦੇ ਰਹੇ ਬਹੁਤ ਵਧੀਆ ਉਹਨਾਂ ਨੇ ਲਿਖਿਆ ਅਰ ਉਹ ਅੱਜ ਸਿਰੇ ਤੇ ਮਕਾਮ ਤੇ ਪਹੁੰਚੇ ਆ ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਦੇ ਵਿੱਚ ਉਹਨਾਂ 'ਚ ਬਹੁਤ ਨਰਮਾਈ ਆ ਜਾਂ ਕੋਈ ਗਰਮਾਈ ਨਹੀਂ ਆਈ ਬਹੁਤ ਸੋਲਝ ਗਏ ਉਹ ਪਹਿਲਾਂ ਇੰਨੇ ਸੋਲਝੇ ਹੋਏ ਨਹੀਂ ਸੀਗੇ ਜਿਨੇ ਉਹ ਹੁਣ ਸੋਲਝ ਗਏ ਜਾਂ ਹੁਣ ਉਹਨਾਂ ਨੂੰ ਮਿਲੀ ਦਾ ਤਾਂ ਗੱਲ ਕੁਝ ਹੋਰ ਹੁੰਦੀ ਹੈ ਜਦ ਬਚਪਨ ਚ ਸੀਗੇ ਜਦ ਕੁਝ ਹੋ ਗੱਲ ਹੋਰ ਸੀਗੀ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਚੇਂਜ ਆਇਆ ਹੈ ਉਹ ਪੋਜ਼ਿਟਿਵ ਵੇਚ ਆਇਆ ਚੰਗੇ ਤਰੀਕੇ ਜੋ ਚੇਂਜ ਆਇਆ ਮਾੜੇ ਚ ਨਹੀਂ ਆਇਆ ਉਹਨਾਂ ਦਾ ਤਾਂ ਚੰਗੇ ਤਰੀਕੇ ਨਾਲ ਉਹਨੇ ਜਿਹੜੀ ਚੇਂਜ ਲੈ ਆਂਦੀ ਆ ਉਹ ਸਮਾਜ ਵਾਸਤੇ ਬਹੁਤ ਵਧੀਆ ਲੈ ਆਂਦੀ ਆ ਸਾਰੇ ਸਮਾਜ ਦੇ ਵਾਸਤੇ ਉਹ ਲਿਖਦੇ ਆ ਉਹਨਾਂ ਦੇ ਵਿੱਚ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮੈਟਰ ਮਿਲੂਗਾ ਉਹਨਾਂ ਦੇ ਸੌਂਗ ਦੇ ਵਿੱਚ ਅਰੁਨਵ ਦਾ ਜਿਹੜਾ ਬੋਲ ਆ ਉਹ ਬੜਾ ਵ ਇਸ ਕਰਕੇ ਉਹ ساری ਦੁਨੀਆ ਦੇ ਵਿੱਚ ਫੇਮਸ ਹੋ ਚੁੱਕੇ ਆ ਕੋਈ ਪਿੰਡ ਵਿੱਚ ਇਹੋ ਜਿਹਾ ਵੀ ਹੈ ਜਿਦਾਂ ਉਹਨਾਂ ਦੀ ਨਹੀਂ ਬੰਦੀ ਹੋਵੇ ਜਾਂ ਫਿਰ ਉਹਨਾਂ ਦੇ ਗਰਮਾ ਗਰਮਾਈ ਹੁੰਦੀ ਹੋਵੇ ਇਹੋ ਜਿਹਾ ਵੀ ਕੋਈ ਹੈ ਸਖਸ਼ ਨਹੀਂ ਬਚਪਨ ਦੇ ਵਿੱਚ ਜਦੋਂ ਸੀਗੇ ਬੱਚੇ ਉਹ ਲੜਦੇ ਲੁੜਦੇ ਰਹੇ ਆ ਉਸ ਵਿੱਚ ਹੀ ਉਸ ਤੋਂ ਬਾਅਦ ਅਦਰਵਾਇਜ਼ ਉਹਨਾਂ ਨੇ ਕਿਸੇ ਨਾਲ ਕੋਈ ਲੜਾਈ ਨਹੀਂ કરી ਬਚਪਨ ਦੇ ਵਿੱਚ ਤਾਂ ਦੇਖੋ ਨਿਆਣੇ ਬੱਚੇ ਲੜ ਕੇ ਫੇਰ ਇੱਕ ਹੋ ਜਾਂਦੇ ਹੁੰਦੇ ਆ ਉਹ ਜੂਰ ਹੈ ਜੇ ਉਹਨਾਂ ਜੋ ਉਹਨਾਂ ਦਾ ਮੁੱਦਾ ਚੱਲ ਰਿਹਾ ਸਿੱਧੂ ਮੂਸੇਵਾਲਾ ਜੀ ਨਾਲ ਤੇ ਜਿਸ ਵਿੱਚ ਉਹਨਾਂ ਨੇ ਹਲੇ ਤੱਕ ਸਾਹਮਣੇ ਆ ਕੇ ਕੋਈ ਬਿਆਨ ਨਹੀਂ ਦਿੱਤਾ ਜੋ ਵੀ ਗੱਲ ਛਿੜੀ ਹੈ ਉਹ ਫੈਨਸ ਦੇ ਫੈਨਸ ਦੇ ਬਿਹਾਰ ਤੇ ਫੈਨਸ ਨੇ ਸ਼ੁਰੂਆਤ ਕੀਤੀ ਉਸ ਚੀਜ਼ ਦੀ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਆਪ ਦੇਖੋ ਬੱਬੂ ਮਾਨ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੈਗੇ ਜੋ ਕੁਝ ਕਹਿੰਦੇ ਉਹ ਗੀਤਾਂ ਜਿਉਂ ਕਹਿੰਨੇ ਆ ਉਹ ਸਮਾਜ ਨੂੰ ਜੋ ਸੇਧ ਦੇਣੀਆਂ ਹਰ ਇੱਕ ਦੀ ਗੀਤ ਦੇ ਵਿੱਚ ਸੇਧੇ ਹੁੰਦੀ ਹੈ ਜੋ ਕਰਨਾ ਉਹ ਕੋਈ ਜਵਾਬ ਕਿਸੇ ਦਾ ਸਿੱਧਾ ਉਹ ਦੰਦੇ ਨਹੀਂ ਕਿ ਉਹਨਾਂ ਨੂੰ ਕੋਈ ਵੀ ਕੁਝ ਵੀ ਬੋਲੀ ਜਾਵੇ ਉਹਦਾ ਜਵਾਬ ਹੀ ਨਹੀਂ ਦਿੰਦੇ ਉਹ ਉਹ ਚੁੱਪ ਕਰ ਜਾਣੇ ਮਤਲਬ ਉਹਨਾਂ ਦੇ ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਕਿ ਉਹ ਜਵਾਬ ਵਿੱਚ ਜਵਾਬ ਦੇ ਕੇ ਜਾਂ ਫਿਰ ਗੱਲਾਂ ਦੇ ਵਿੱਚ ਆਂਚ ਰਾਜੀ ਹੀ ਨਹੀਂ ਹੈਗੇ ਉਹ ਆਪਣੇ ਆਪ ਨੂੰ ਇਨਾਂ ਚੀਜ਼ਾਂ ਤੋਂ ਬਾਹਰ ਤੇ ਇਨਾਂ ਚੀਜ਼ਾਂ ਤੋਂ ਵੱਖ ਹੀ ਰੱਖਦੇ ਨੇ ਅਸੀਂ ਬੱਬੂ ਮਾਨ ਦੇ ਪਿੰਡ ਖੰਟ ਵਿੱਚ ਆਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਲੋਕਾਂ ਨੇ ਦੱਸਿਆ ਕਿ ਬੱਬੂ ਮਾਨ ਜੀ ਬਹੁਤ ਸ਼ਾਂਤ ਮੈਸੂਬਾ ਦੇ ਨੇ ਉਹ ਇਨਾਂ ਵਿਵਾਦਾਂ ਤੋਂ ਆਪਣੇ ਆਪ ਨੂੰ ਕੋਸੋ ਦੂਰੀ ਰੱਖਦੇ ਨੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਦੋਵੇਂ ਸਿਤਾਰੇ ਇੱਕੋ ਹੀ ਇੰਡਸਟਰੀ ਦੇ ਨੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਕੌਂਟਰੋਵਰਸੀਆਂ ਨੂੰ ਖਤਮ ਕਰਨ ਤੇ ਦੋਵੇਂ ਮਿਲਵਰਤ ਕੇ ਰਹਿਣ ਹਿਮਾਨੀ ਦੇ ਨਾਲ ਕੈਮਰਾਮੈਨ ਵਿਨੇ ਸੰਜਾ ਟੀਵੀ